ਪਿੰਡ ਔਲਖ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪਿੰਡ ਔਲਖ ਦੇ ਤਿੰਨਾਂ ਛੱਪੜਾਂ ਦਾ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਬਾਰਿਸ਼ਾਂ ਦੇ ਦੌਰਾਨ ਛੱਪੜਾਂ ਦਾ ਪਾਣੀ ਗਲੀਆਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ। ਪਿੰਡ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਲਈ ਪਿੰਡ ਦੇ ਸਮਾਜ ਸੇਵੀ ਅਤੇ ਨੌਜਵਾਨ ਕਾਂਗਰਸੀ ਆਗੂ ਊਧਮ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣੂ ਕਰਵਾਇਆ। ਪਿੰਡ ਔਲਖ ਬਲਾਕ ਕੋਟਕਪੂਰਾ ਦੇ ਵਿੱਚ ਤਿੰਨ ਛੱਪੜ ਹਨ, ਜਿਨ੍ਹਾਂ ਦੇ ਵਿੱਚ ਬਾਰਿਸ਼ਾਂ ਦੇ ਦੌਰਾਨ ਓਵਰਫਲੋ ਹੋ ਜਾਂਦੇ ਆ ਤਿੰਨੇ। ਇਹਨਾਂ ਦਾ ਲੈਵਲ ਕਰਕੇ ਪਾਈਪਾਂ ਪਾਉਣੀਆਂ, ਇਸ ਕਰਕੇ ਤਾਂ ਜੋ ਇਹਨਾਂ ਦਾ ਸਹੀ ਨਿਕਾਸ ਆਪਣੇ ਲੈਵਲ ਦੇ ਥਰੂ ਹੀ ਬਿਨਾਂ ਓਵਰਲਿਫਟ ਕਰਨ ਤੋਂ ਸੇਮ ਨਾਲੇ ਦੇ ਵਿੱਚ ਜਾ ਸਕੇ। ਕੋਟਕਪੂਰਾ ਤੋਂ ਕੈਮਰਾਮੈਨ ਦੀਪੂ ਦੇ ਨਾਲ ਗੁਰਪ੍ਰੀਤ ਔਲਖ ਦੀ ਰਿਪੋਰਟ, ਪੈਰੇਦਾ ਟੀਵੀ।